ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਆਪ ਜੀ ਦਾ ਅਰਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ ਦਿੱਲੀ ਦੇ ਵਿੱਚ ਅਸੀਂ ਪੂਰਵੀ ਦਿੱਲੀ 'ਚ ਮੌਜੂਦ ਹੈਗੇ ਹਾਂ ਇਲੈਕਸ਼ਨ ਦਾ ਜਿਹੜਾ ਬਿਗੁਲ ਹੈਗਾ ਲੋਕ ਸਭਾ 2019 ਦਾ ਵੱਜ ਚੁੱਕਾ ਹੈਗਾ ਦਿੱਲੀ ਦੇ ਵਿੱਚ ਅਸੀਂ ਮੌਜੂਦ ਹੈਗੇ ਔਰ ਸੰਗਤ ਜੀ ਤੁਹਾਨੂੰ ਅਸੀਂ ਜਾਣੂ ਕਰਾ ਦਈਏ ਕਿ ਪੰਜਾਬ ਤੋਂ ਬਾਹਰ ਇਕਲੌਤੇ ਸਿੱਖ ਕੈਂਡੀਡੇਟ ਸਰਦਾਰ ਅਰਵਿੰਦਰ ਸਿੰਘ ਲਵਲੀ ਨੂੰ ਕਾਂਗਰਸ ਤੋਂ ਟਿਕਟ ਦਿੱਤੀ ਗਈ ਹੈਗੀ ਆ ਔਰ ਇਕਲੌਤੇ ਸਿੱਖ ਕੈਂਡੀਡੇਟ ਕਾਂਗਰਸ ਤੋਂ ਦਿੱਤੀ ਗਈ ਉਸ ਤੋਂ ਵੱਲੋਂ ਜੇ ਓਵਰਆਲ ਗੱਲ ਕਰੀਏ ਤੇ ਪੰਜਾਬ ਤੋਂ ਬਾਅਦ ਸਿਰਫ ਦੋ ਹੀ ਸਿੱਖ ਕੈਂਡੀਡੇਟ ਨੇ ਅਰਵਿੰਦਰ ਸਿੰਘ ਲਵਲੀ ਅਤੇ ਐਸਐਸ ਆਲੂਵਾਲੀਆ ਬੀਜੇਪੀ ਤੋਂ ਵੈਸਟ ਬੰਗਾਲ ਤੋਂ ਆਪਣੇ ਪਿਤਾ ਵਾਸਤੇ ਪ੍ਰਚਾਰ ਕਰਨ ਵਾਸਤੇ ਇੱਥੇ ਪਹੁੰਚੇ ਨੇ ਅਰਵਿੰਦਰ ਸਿੰਘ ਲਵਲੀ ਦੇ ਬੇਟੇ ਕਿਉਂਕਿ ਉਹ ਬਹੁਤ ਕਿਉਂਕਿ ਵੱਡਾ ਇਲਾਕਾ ਇਸ ਟਾਈਮ ਇਹਨਾਂ ਦਾ ਐਮਪੀ ਦਾ ਮੰਨਿਆ ਜਾਂਦਾ ਹੈਗਾ ਔਰ ਦੋ ਤਿੰਨ ਵਾਰੀ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪ੍ਰਦੇਸ਼ ਦੇ ਅਧਿਆਕਸ਼ ਰਹਿ ਚੁੱਕੇ ਨੇ ਔਰ ਪਰਮਿੰਦਰ ਸਿੰਘ ਉਹਨਾਂ ਦੇ ਬੇਟੇ ਇੱਥੇ ਮੌਜੂਦ ਨੇ ਜਿਹੜੇ ਇੱਥੇ ਸਾਡੇ ਨਾਲ ਪਹੁੰਚੇ ਨੇ ਔਰ ਇੱਥੇ ਜੋ ਇਲੈਕਸ਼ਨ ਕੰਪੇਨਿੰਗ ਮੈਂ ਤੁਹਾਨੂੰ ਮਾਹੌਲ ਦਿਖਾ ਦਵਾਂ ਕਿਸ ਤਰੀਕੇ ਕਿ ਕਿਸ ਤਰੀਕੇ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਆਪਣੇ ਪਿਤਾ ਵਾਸਤੇ ਕਰ ਰਹੇ ਨੇ ਈਸਟ ਦਿੱਲੀ ਦੀ ਸੀਟ ਤੋਂ ਜੀ ਹਾਂ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਜੋ ਹੈ ਆਪਣੀ ਕੈਂਪੇਨਿੰਗ ਜਿਹੜੀ ਕਰਨਗੇ ਪਰਮਿੰਦਰ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਵਾਗਤ ਕਰਦੇ ਹਾਂ ਅਕਾਲ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਕਿ ਅਰਵਿੰਦਰ ਸਿੰਘ ਲਵਲੀ ਨੂੰ ਮੌਕਾ ਦਿੱਤਾ ਗਿਆ MLA ਸੀਗੇ ਪਿਛਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਨਹੀਂ ਲੜੇ ਸੀਗੇ ਐਤਕੀ ਉਹ MP ਦੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਨੇ ਕਿੱਦਾਂ ਲੱਗ ਰਿਹਾ ਜੀ ਮੈਂ ਰਾਹੁਲ ਜੀ ਨੂੰ ਕਾਂਗਰਸ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਥੈਂਕ ਕਰਾਂ ਚਾਹਾਂਗਾ ਇਟ ਬਿਕੋਜ਼ ਆਫ ਰਾਹੁਲ ਜੀ ਕਿ ਜੀ ਇਤਨੀ ਕਮ ਉਮਰ ਮੇਂ ਉਨਕੋ MLA ਕਾ ਮੌਕਾ ਮਿਲਾ 28 ਸਾਲ ਕੀ ਉਮਰ ਮੇਂ ਉਹ ਮਿਨਿਸਟਰ ਬਣ ਗਏ 10 ਸਾਲ ਯਹਾਂ ਕੇ ਗਾਂਧੀ ਨਗਰ ਕੇ ਲੋਗੋਂ ਕੋ ਸਰਵ ਕਰ ਸਕੇ ਫਿਰ ਇਤਨੀ ਕਮ ਉਮਰ ਮੇਂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਕੇ ਚੀਫ ਬਣਾਏ ਗਏ ਯੰਗੇਸਟ ਦਿੱਲੀ ਕਾਂਗਰਸ ਕੇ ਚੀਫ ਬਣਾਏ ਗਏ ਤੋ ਇਹ ਇਸਕਾ ਸ਼੍ਰੇਅ ਪੂਰਾ ਰਾਹੁਲ ਗਾਂਧੀ ਜੀ ਕੋ ਔਰ ਕਾਂਗਰਸ ਪਾਰਟੀ ਕੇ ਵਰਕਰਸ ਕੋ ਜਾਤਾ ਹੈ ਜੀ ਅੱਜ ਜੇ ਆਪਾਂ ਗੱਲ ਕਰਦੇ ਹਾਂ ਤੇ ਈਸਟ ਦਿੱਲੀ ਤੋਂ ਉਹਨਾਂ ਨੂੰ ਇੱਕ ਬਹੁਤ ਵੱਡਾ ਇਲਾਕਾ ਹੈ ਪਹਿਲੇ ਉਹ MLA ਸੀਗੇ ਤਿੰਨ ਵਾਰੀ MLA ਜੋ ਰਹਿ ਚੁੱਕੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਮੰਤਰੀ ਵੀ ਰਹਿ ਚੁੱਕੇ ਨੇ MP ਦੀ ਟਿਕਟ ਜੋ ਉਹਨਾਂ ਨੂੰ ਮਿਲੀ ਹੈਗੀ MP ਦੇ ਕੈਂਡੀਡੇਟ ਦੇ ਤੌਰ ਤੇ ਨਾਮ ਸਾਹਮਣੇ ਆ ਰਿਹਾ ਹੈਗਾ ਔਰ ਕੀ ਲੱਗਦਾ ਹੈਗਾ ਕਿ ਅੱਗੇ ਕਿੱਦਾਂ ਤੁਸੀਂ ਉਹਨਾਂ ਦਾ ਪ੍ਰਚਾਰ ਕਰ ਰਹੇ ਹੋ ਕਿਸ ਤਰੀਕੇ ਕਿਹੜੇ ਏਜੰਡੇਜ਼ ਨੂੰ ਜੀ ਮੇਰੇ ਹਿਸਾਬ ਸੇ ਤੋ ਇੱਕ ਤਰਫਾ ਇਲੈਕਸ਼ਨ ਹੈਗਾ ਹੈ ਕਿਉਂਕਿ ਤਿੰਨ ਕੈਂਡੀਡੇਟਸ ਹੈਗੇ ਨੇ ਇੱਕ ਹੈਗੀ ਹੈ ਅਤਿਸ਼ੀ ਮਰਲੇਨਾ ਆਮ ਆਦਮੀ ਪਾਰਟੀ ਦੀ ਇੱਕ ਹੈਗਾ ਗੌਤਮ ਗੰਭੀਰ ਤੇ ਇੱਕ ਹੈਗੇ ਨੇ ਮੇਰੇ ਫਾਦਰ ਅਰਵਿੰਦਰ ਸਿੰਘ ਲਵਲੀ ਕਾਂਗਰਸ ਪਾਰਟੀ ਤੋਂ ਅਤਿਸ਼ੀ ਮਰਲੇਨਾ ਤੇ ਗੌਤਮ ਗੰਭੀਰ ਬਹੁਤ ਆਊਟਸਾਈਡਰਸ ਹੈਗੇ ਨੇ ਉਹਨਾਂ ਨੂੰ ਈਸਟ ਦਿੱਲੀ ਦਾ ਕੁਛ ਨਹੀਂ ਪਤਾ ਉਹ ਈਸਟ ਦਿੱਲੀ ਤੋਂ ਲੜ ਰਹੇ ਹੈ ਕਿਉਂਕਿ ਉਹਨੇ ਪਾਰਲੀਮੈਂਟ ਕਾ ਇਲੈਕਸ਼ਨ ਲੜਨਾ ਹੈ ਇਸ ਲਈ ਨਹੀਂ ਲੜ ਰਹੇ ਹੈ ਕਿ ਉਨਕੋ ਈਸਟ ਦਿੱਲੀ ਕਾ ਕੁਛ ਭਲਾ ਕਰਨਾ ਹੈ ਜਬਕਿ ਮੇਰੇ ਫਾਦਰ 35 ਸਾਲ ਸੇ 40 ਸਾਲ ਸੇ ਜਬ ਸੇ ਪੈਦਾ ਹੋਏ ਈਸਟ ਦਿੱਲੀ ਮੇਂ ਰਹੇ ਹੈ ਉਨਕੀ ਪੋਲੀਟਿਕਸ ਸ਼ੁਰੂ ਖਤਮ ਯਹੀ ਹੋਏਗੀ ਹਮ ਹਾਰੇਂਗੇ ਜਾਂ ਜੀਤੇਂਗੇ ਰਹਿਣਾ ਮੈਂ ਯਹੀ ਹੈ ਹਮਨੇ 15 ਸਾਲ ਲੋਗੋਂ ਕੀ ਯਹਾਂ ਪੇ ਸਰਵਿਸ ਕਰੀ ਹੈ ਔਰ ਲੋਗੋਂ ਕੋ ਪਤਾ ਹੈ ਕਿ ਪ੍ਰੂਵਨ ਲੀਡਰ ਹੈਗੇ ਨੇ ਵੇਅਰ ਐਸ ਗੌਤਮ ਗੰਭੀਰ ਪਹਿਲੇ ਉਹਨਾਂ ਦਾ ਨਾਂ ਚੱਲ ਰਿਹਾ ਸੀ ਸੈਂਟਰਲ ਦਿੱਲੀ ਤੋਂ ਫਿਰ ਚੱਲ ਰਿਹਾ ਸੀ ਸਾਊਥ ਦਿੱਲੀ ਤੋਂ ਅਬ ਉਹ ਈਸਟ ਦਿੱਲੀ ਤੋਂ ਲੜ ਰਹੇ ਹੈ ਉਹਨਾਂ ਦਾ ਇੰਟਰਸਟ ਇਹ ਨਹੀਂ ਹੈਗਾ ਕਿ ਈਸਟ ਦਿੱਲੀ ਦਾ ਬੱਲਾ ਕਿਵੇਂ ਹੋਇਆ ਉਹਨਾਂ ਦਾ ਇੰਟਰਸਟ ਹੈਗਾ ਹੈ ਕਿ ਪਾਰਲੀਮੈਂਟ ਇਲੈਕਸ਼ਨ ਲੜਨੇ ਦਾ ਮਨ ਭਰਾਨਾ ਹੈ ਉਹਨਾਂ ਨੂੰ ਨਹੀਂ ਪਰ ਤੁਹਾਨੂੰ ਲੱਗਦਾ ਇੱਕ ਬਹੁਤ ਵੱਡਾ ਨਾਮ ਹੈਗਾ ਗੌਤਮ ਗੰਭੀਰ ਇੱਕ ਵੱਡਾ ਚਿਹਰਾ ਸਾਹਮਣੇ ਹੈ ਸੇਮ ਚੇਤਨ ਚੌਹਾਨ ਦਾ ਵੀ ਇਹੀ ਹਾਲ ਕੀਤਾ ਸੀ ਕਾਂਗਰਸ ਪਾਰਟੀ ਨੇ ਬੋਲਡ ਕਰਕੇ ਬਿਆਤਾ ਹਾਂਜੀ ਪਿਛਲੇ ਗੌਤਮ ਗੰਭੀਰ ਕੇ ਆਏ ਇਸ ਸੇ ਪਹਿਲੇ ਰਾਜਮੋਹਨ ਗਾਂਧੀ ਲੜੇ ਤੇ ਮਹਾਤਮਾ ਗਾਂਧੀ ਕੇ ਗ੍ਰੈਂਡਸਨ ਉਹ ਇਲੈਕਸ਼ਨ ਸੇ ਪਹਿਲੇ ਤਾਂ 15 ਦਿਨ ਖੂਬ ਦਿਖੇ ਉਸਕੇ ਬਾਅਦ ਅਮਰੀਕਾ ਸ਼ਿਫਟ ਹੋ ਗਏ ਇਲੈਕਸ਼ਨ ਹਾਰਨੇ ਕੇ ਬਾਅਦ ਇੱਕ ਦਿਨ ਨਹੀਂ ਬਿਤਾਇਆ ਯਹਾਂ ਕਾ ਹਰ ਬੰਦਾ ਜਾਣਦਾ ਹੈ ਇਲੈਕਸ਼ਨ ਹਾਰੇ ਜਾਂ ਜੀਤੇ ਲਵਲੀ ਜੀ ਕਾ ਐਡਰੈਸ ਆਫਿਸ ਘਰ ਸਭ ਕੁਝ ਸਭ ਕੋ ਪਤਾ ਹੈ ਹਾਂਜੀ ਕਿਹੜੇ ਏਜੰਡੇ ਯਾਰ ਕਿਹੜੇ ਚੁਣਾਵੀ ਵਾਅਦੇ ਲੈ ਕੇ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਜਾ ਰਹੇ ਜੀ ਕਈ ਪ੍ਰੋਬਲਮਸ ਹੈਗੀਆਂ ਮੈਂ ਵੈਨ ਆਈ ਵਾਸ ਸਪੀਕਿੰਗ ਟੂ ਅ ਲੋਟ ਆਫ ਪੀਪਲ ਹਿਅਰ ਪਹਿਲੀ ਸੀਲਿੰਗ ਦੀ ਫਿਰ ਟਰਾਂਸਪੋਰਟ ਦੀ ਪ੍ਰੋਬਲਮ ਹੈਗੀ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਦਿੱਲੀ ਗਵਰਨਮੈਂਟ ਵਿੱਚ ਮੈਟਰੋ ਸਾਡੀ ਵੀ ਹੈਡ ਸਟਾਰਟਡ ਦ ਮੈਟਰੋ ਚਲਦੇ ਗੱਲਬਾਤ ਕਰਦੇ ਹਾਂ ਹਾਂਜੀ ਹਾਂਜੀ ਮੈਟਰੋ ਹਮਨੇ ਸਟਾਰਟ ਕਰੀ ਥੀ ਕਾਂਗਰਸ ਪਾਰਟੀ ਨੇ ਉਸਕੇ ਬਾਅਦ ਕੁਛ ਕਾਮ ਨਹੀਂ ਹੁਆ ਮੈਟਰੋ ਗਵਰਨਮੈਂਟ ਕਾ ਆਮ ਆਦਮੀ ਪਾਰਟੀ ਕੋ ਮੌਕਾ ਮਿਲ ਗਿਆ ਹਰ ਚੀਜ਼ ਕਾ ਰੀਜ਼ਨ ਆਮ ਆਦਮੀ ਪਾਰਟੀ ਦੇਤੀ ਹੈ ਫੁੱਲ ਸਟੇਟਹੁੱਡ ਫੁੱਲ ਕਿਆ ਉਹਨੇ ਵਾਈਫਾਈ ਕੇ ਲਈ ਫੁੱਲ ਸਟੇਟਹੁੱਡ ਚਾਹੀਏ ਕਿਆ ਉਹਨੇ CCTV ਕੈਮਰਾ ਹਰ ਜਗ੍ਹਾ ਲਗਾਉਣ ਕੇ ਲਈ ਫੁੱਲ ਸਟੇਟਹੁੱਡ ਚਾਹੀਏ ਦੀਸ ਆਰ ਜਸਟ ਐਕਸਕਿਊਜ਼ਸ ਔਰ ਬੀਜੇਪੀ ਆਪ ਦੇਖੋ ਯਹਾਂ ਪੇ ਹਾਲਤ ਕਿਆ ਹੈ ਸੈਨੀਟੇਸ਼ਨ ਕੀ ਸਵੱਛ ਭਾਰਤ ਕੀ ਬਾਤ ਕਰਤੇ ਹੈ ਯਹਾਂ ਪੇ ਆਪ ਸੜਕੋਂ ਕੀ ਹਾਲਤ ਦੇਖੋ ਕਿਆ ਹਾਲਤ ਹੋਈ ਹੋਈ ਹੈ ਮੋਦੀ ਜੀ ਦਿੱਲੀ ਮੇਂ ਰਹਤੇ ਦਿੱਲੀ ਕੀ ਸਵੱਛਤਾ ਨਹੀਂ ਮੇਨਟੇਨ ਕਰ ਪਾ ਰਹੇ ਭਾਰਤ ਕੀ ਸਵੱਛਤਾ ਕਿਵੇਂ ਮੇਨਟੇਨ ਕਰੇਂਗੇ ਗਠਬੰਧਨ ਦੀ ਗੱਲ ਜੇ ਆਪਾਂ ਕਰਾਂਗੇ ਕਿ ਗਠਬੰਧਨ
ਗਠਜੰਬਨ ਦੀ ਗੱਲ ਚੱਲ ਰਹੀ ਸੀਗੀ ਕਿ ਅਲਾਈਅੰਸ ਹੋ ਸਕਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ, ਉਹ ਕਿਉਂ ਨਹੀਂ ਹੋਇਆ? ਤੁਹਾਨੂੰ ਲੱਗਦਾ ਕਿ ਬੀਜੇਪੀ ਜਿਹੜੀ ਹੈਗੀ ਇੱਕ ਵੱਡੀ ਪਾਰਟੀ ਦੇ ਤੌਰ ਤੇ ਪਿਛਲੀ 7 ਸੀਟਾਂ ਤੇ ਕਾਬਿਜ਼ ਸੀਗੀ, ਤੇ ਜੇ ਗਠਜੰਬਨ ਹੋ ਜਾਂਦਾ ਤਾਂ ਤੁਹਾਡੇ ਵਾਸਤੇ ਜਿੱਤ ਹੋਰ ਆਸਾਨ ਹੋ ਸਕਦੀ? ਕੇਜਰੀਵਾਲ ਦਾ ਕੋਈ ਇੰਟੈਂਸ਼ਨ ਹੀ ਨਹੀਂ ਸੀ ਗਠਬੰਧਨ ਕਰਨ ਦਾ। ਕਾਂਗਰਸ ਪਾਰਟੀ ਸਾਡੀ ਦਿੱਲੀ ਵਿੱਚ ਵੈਰੀ ਬਹੁਤ ਸਟਰੋਂਗ ਹੈਗੀ ਹੈ ਔਰ 7 ਸੀਟ ਜਿੱਤੇਗੀ। ਲਵਲੀ ਜੀ ਨੂੰ ਫਿਰ ਈਸਟ ਦਿੱਲੀ ਦੇ ਲੋਕ, ਪੂਰਵੀ ਦਿੱਲੀ ਦੇ ਲੋਕ ਸਪੋਰਟ ਕਰਾਂਗੇ ਔਰ ਉਹ ਪਾਰਲੀਮੈਂਟ ਜਾਏਗੇ। ਆਖਰੀ ਤਕਰੀਬਨ ਸਵਾਲ ਹੈਗਾ ਮੇਰੇ ਨਾਲ, ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਸਿਰਫ ਇੱਕ ਸਿੱਖ ਕੈਂਡੀਡੇਟ ਕਾਂਗ ਔਰ ਪੂਰੇ ਇੰਡੀਆ ਦੇ ਵਿੱਚ ਸਿਰਫ 2 ਪੰਜਾਬ ਤੋਂ ਬਾਅਦ ਸਿੱਖ ਕੈਂਡੀਡੇਟ ਉਤਾਰੇ ਗਏ ਆ ਔਰ ਕਾਂਗਰਸ ਪਾਰਟੀ ਤੋਂ ਸਿਰਫ ਇਕਲੌਤੇ ਨੇ ਅਰਵਿੰਦਰ ਸਿੰਘ ਲਵਲੀ, ਕਿੱਦਾਂ ਲੱਗਦਾ ਕਿ ਸਾਡੇ ਸਿੱਖ ਜਿਹੜੇ ਅੱਗੇ ਨਹੀਂ ਆ ਪਾ ਰਹੇ, ਹੋਰ ਜੋ ਉਹਨਾਂ ਨੂੰ ਜੋ ਚਾਂਸ ਜੋ ਦਿੱਤਾ ਗਿਆ ਹੈਗਾ, ਕਿਸ ਤਰੀਕੇ ਦਾ ਚਾਂਸ ਹੈਗਾ ਉਹਨਾਂ ਨੂੰ ਦਿੱਤਾ? ਹਾਂਜੀ, ਮੈਂ ਬਸ ਇਸ ਵਿੱਚ ਇੱਕ ਬਾਤ ਕਹਿਣਾ ਚਾਹੂੰਗਾ ਕਿ ਰਾਹੁਲ ਗਾਂਧੀ ਜੀ ਨੇ ਮੇਰੇ ਫਾਦਰ ਕੋ ਯੰਗੈਸਟ MLA ਬਣਾਇਆ ਥਾ, ਫਿਰ ਯੰਗੈਸਟ ਮਿਨਿਸਟਰ ਬਣਾਇਆ ਥਾ, ਫਿਰ ਯੰਗੈਸਟ ਦਿੱਲੀ ਕਾਂਗਰਸ ਕਾ ਪ੍ਰਦੇਸ਼ ਕਮੇਟੀ ਕਾ ਹੈਡ ਬਣਾਇਆ ਥਾ। ਤੋ ਮੈਂ ਇਸ ਯੇ ਬਤਾਨਾ ਚਾਹੂੰਗਾ ਕਿ ਰਾਹੁਲ ਜੀ ਹਮੇਸ਼ਾ ਹਮਾਰੀ ਸਿੱਖ ਕਮਿਊਨਿਟੀ ਕੋ ਪ੍ਰਮੋਟ ਕਰਤੇ ਆਏ ਔਰ ਕਰਤੇ ਰਹੇਂਗੇ। ਬਸ ਜੀ, ਕਿਸ ਤਰੀਕੇ ਲੋਕਾਂ ਦਾ ਸਾਥ ਕਿਸ ਤਰੀਕੇ ਮਿਲ ਰਿਹਾ? ਲੋਕਾਂ ਦਾ ਖੂਬ ਸਾਥ ਮਿਲ ਰਿਹਾ ਹੈ, ਸਾਰੀ ਕਮਿਊਨਿਟੀ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੀ ਸਾਥ ਮਿਲ ਕੇ ਇਲੈਕਸ਼ਨ ਲੜ ਰਹੀ ਹੈ ਜੀ। ਠੀਕ ਹੈ ਜੀ, ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕਾਂ ਦੇ ਵਿੱਚ ਇੱਥੇ ਇੱਕ ਸੈਲਾਬ ਜਿਹੜਾ ਹੈਗਾ ਲੋਕਾਂ ਦਾ ਇੱਥੇ ਹੈਗਾ ਔਰ ਇੱਥੇ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਮੌਜੂਦ ਨੇ ਔਰ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਨਾਲ ਇੱਥੇ ਜੁੜਦੇ ਪਏ ਨੇ, ਕਾਂਗਰਸ ਦੇ ਪ੍ਰਚਾਰ ਵਾਸਤੇ ਕੰਮ ਕਰ। ਸਾਬਕਾ ਕੌਂਸਲਰ ਸੁਰਿੰਦਰ ਸ਼ਰਮਾ ਵੀ ਇੱਥੇ ਮੌਜੂਦ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਲੱਗਦਾ ਕਿ ਅਰਵਿੰਦਰ ਸਿੰਘ ਲਵਲੀ ਨੂੰ ਜੋ ਟਿਕਟ ਦਿੱਤਾ ਗਿਆ ਹੈਗਾ ਕਿੱਦਾਂ ਹੈ? ਉਹ ਹਮਾਰੇ ਈਸਟ ਦਿੱਲੀ ਗਏ, ਮੈਂ ਸਮਝਦਾ ਹਾਂ ਕਿ ਡਿਜ਼ਰਵ ਕਰਦੇ ਇਸ ਸੀਟ ਦੇ ਲਈ, ਜਬ ਉਹ ਇਸ ਸੀਟ ਦੇ ਇਹਨਾਂ ਸੀਟ ਦੇ ਉੱਤੇ ਹੀ ਉਹ ਰਹਿ ਰਹੇ ਔਰ ਪਹਿਲੇ ਉਹਨਾਂ ਨੇ ਜਦੋਂ ਸਭ ਤੋਂ ਛੋਟੀ ਉਮਰ ਦੇ MLA ਬਣੇ, ਫਿਰ ਉਹਨਾਂ ਨੂੰ ਮਤਲਬ ਜਿਹੜਾ ਨਾ ਕਾਂਗਰਸ ਪਾਰਟੀ ਨੇ ਮੰਤਰੀ ਬਣੇ, ਤਿੰਨ ਪੋਰਟਫੋਲੀਓ ਉਹਨਾਂ ਕੋਲ ਰਹੇ, ਚਾਹੇ ਉਹ ਟਰਾਂਸਪੋਰਟ ਕਾ ਹੋ, ਚਾਹੇ ਅਰਬਨ ਡਿਵੈਲਪਮੈਂਟ ਹੋ, ਚਾਹੇ ਐਜੂਕੇਸ਼ਨ ਹੋ, ਉਹਨਾਂ ਨੇ ਜਿਤਨਾ ਬੜੀਆ ਕੰਮ ਦਿੱਲੀ ਕੇ ਲਈ ਕੀਆ, ਮੈਂ ਸਮਝਦਾ ਹਾਂ ਕਿ ਉਹ ਉਸੀ ਕਾ ਜਿਹਾ ਰਿਕਾਰਡ ਹੈ, ਅਵਾਰਡ ਹੈ ਕਿ ਕਾਂਗਰਸ ਪਾਰਟੀ ਜੋ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਉਹਨਾਂ ਨੇ ਜੋ ਹੈ ਉਹਨੂੰ MP ਕੀ ਟਿਕਟ ਦਿਆ। ਤੋ ਨਿਸ਼ਚਿਤ ਰੂਪ ਸੇ ਇੱਕ ਤਰਫਾ ਇਲੈਕਸ਼ਨ ਹੈ, ਉਨਕੀ ਕੋਈ ਜੋੜ ਨਹੀਂ ਹੈ ਔਰ ਲਵਲੀ ਜੀ ਕਾ ਜੋ ਸ਼ੁਰੂ ਸੇ ਲੈ ਕੇ ਅੱਜ ਤੱਕ ਆਪਣੇ ਜਨਤਾ ਕੇ ਸਾਥ ਜੋ ਵਿਵਹਾਰ ਰਿਹਾ ਹੈ, ਉਹ ਇਹ ਰਹਾ ਕਿ ਇਹ ਪਰਿਵਾਰ ਕੇ ਸਦਸਯ ਰਹੇ ਔਰ ਨਿਸ਼ਚਿਤ ਰੂਪ ਸੇ ਸੁਖ ਦੁੱਖ ਮੇ ਸਾਥ ਖੜੇ ਰਹੇ। ਬਾਕੀ ਜੋ ਦੋਨੋਂ ਕੈਂਡੀਡੇਟ ਜੋ ਹੈ ਆਊਟਸਾਈਡਰ ਹੈ ਔਰ ਮੈਂ ਇਹ ਮੰਨ ਕੇ ਚਲਦਾ ਹਾਂ ਕਿ ਜੋ ਆਪਣੇ ਪਰਿਵਾਰ ਕਾ ਮੈਂਬਰ ਹੈ ਉਹ ਲਵਲੀ ਜੀ ਕਾ ਰਿਲੇਸ਼ਨ ਜੋ ਹੈ ਉਹ ਪਰਿਵਾਰਿਕ ਹੈ, ਤੋ ਕੋਈ ਆਪਣੇ ਪਰਿਵਾਰ ਕੇ ਮੈਂਬਰ ਕੋ ਜੋ ਹੈ ਉਹ ਹਰਾਏਗਾ ਨਹੀਂ ਔਰ ਇੱਕ ਤਰਫਾ ਜੀਤ ਹੋਗੀ ਔਰ ਸਭ ਸੇ ਜ਼ਿਆਦਾ ਮਤੋਂ ਸੇ ਦਿੱਲੀ ਕੇ ਅੰਦਰ ਜੀਤ ਹੋਗੀ। ਠੀਕ ਹੈ, ਠੀਕ ਹੈ ਜੀ। ਰਾਕੇਸ਼ ਅਵਸਥੀ ਜੀ ਸਾਥ ਮੈਂ ਕਿਆ ਕਹਿਣਾ ਚਾਹਾਂਗੇ, ਗੌਤਮ ਗੰਭੀਰ ਤੁਹਾਨੂੰ ਕੀ ਲੱਗਦਾ ਕਿੱਡਾ ਵੱਡਾ ਇੱਕ ਟਾਰਗੇਟ ਬਣ ਸਕਦੇ ਹੈਗੇ ਆ, ਇੱਕ ਬਹੁਤ ਇੱਕ ਵੱਡੇ ਉਹ ਖਿਲਾੜੀ ਰਹੇ ਨੇ, ਕਿੰਨਾ ਕੁ ਨੁਕਸਾਨ ਦੇ ਸਕਦੇ ਆ? ਜਿਵੇਂ ਕਿ ਤੁਹਾਨੂੰ ਪਤਾ ਹੈ ਗੌਤਮ ਗੰਭੀਰ ਸਿਰਫ ਇਲੈਕਸ਼ਨ ਲੜਨ ਵਾਸਤੇ ਸਾਡੇ ਆਏ ਨੇ, ਉਹਨਾਂ ਦਾ ਕੋਈ ਮਕਸਦ ਸਮਾਜ ਸੇਵਾ ਨਹੀਂ ਹੈ। ਪਹਿਲਾਂ ਨਵੀਂ ਦਿੱਲੀ ਸੀਟ ਤੋਂ ਲੜਨਾ ਸੀ ਉਹਨਾਂ ਨੇ, ਉੱਧਰ ਉਹਨਾਂ ਦਾ ਕੰਮ ਨਹੀਂ ਬਣਿਆ ਤਾਂ ਇੱਧਰ ਆ ਗਏ ਨੇ। ਸਾਡੇ ਅਰਵਿੰਦਰ ਸਿੰਘ ਲਵਲੀ ਜੀ ਗਾਂਧੀ ਨਗਰ ਦੇ, ਜਨਮ ਉਹਨਾਂ ਦਾ ਇੱਥੇ ਹੋਇਆ ਔਰ ਹਰ ਰੋਜ਼ ਗਾਂਧੀ ਨਗਰ ਆਉਂਦੇ ਨੇ, ਇੱਕ ਇੱਕ ਘਰ ਇੱਕ ਇੱਕ ਪਰਿਵਾਰ ਨਾਲ ਉਹਨਾਂ ਦੇ ਘਰ ਦਾ ਨਾਤਾ ਹੈਗਾ, ਅਤੇ ਲਵਲੀ ਜੀ ਦਾ ਮੁਕਾਬਲਾ ਗੌਤਮ ਗੰਭੀਰ ਨਾਲ ਬਿਲਕੁਲ ਨਹੀਂ। ਕੁਝ ਸਾਡੇ ਨਾਲ ਦੇਖ ਸਕਦੇ ਜਿੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਬੰਦਾ ਜੋ ਹੈ ਅਰਵਿੰਦਰ ਸਿੰਘ ਲਵਲੀ ਦੀ ਰੈਲੀ ਦੇ ਵਿੱਚ ਮੌਜੂਦ ਹੈ। ਸਾਡੇ ਨਾਲ ਇਸ਼ਰਤ ਖਾਨ ਮਾਮੂ ਸਾਹਿਬ ਜੁੜੇ ਹੋਏ ਨੇ, ਉਹ ਸਾਡੇ ਨਾਲ ਇੱਥੇ ਮੌਜੂਦ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਆ ਕਹੇਂਗੇ ਮਾਮੂ ਜੀ, ਆਪ ਜੋ ਇਸ ਸਮੇਂ ਜੋ ਇਲੈਕਸ਼ਨ ਕਾ ਮਾਹੌਲ ਚੱਲ ਰਿਹਾ ਹੈ, ਗੌਤਮ ਗੰਭੀਰ ਸਾਹਮਣੇ ਇੱਕ ਬੜਾ ਚਿਹਰਾ ਸਾਹਮਣੇ ਹੈ, ਕਿਆ ਕਹੇਂਗੇ? ਦੇਖਿਏ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਤਾ ਹਾਂ ਰਾਹੁਲ ਗਾਂਧੀ ਜੀ ਕਾ ਕਿ ਜਿਹਨੇ ਪੂਰਵੀ ਦਿੱਲੀ ਕੇ ਨੁਮਾਇੰਦੇ ਕੋ ਟਿਕਟ ਦਿਆ ਹੈ, ਜੋ ਪੂਰਵੀ ਦਿੱਲੀ ਕਾ ਰਹਿਣੇ ਵਾਲਾ ਹੈ, ਜੋ ਪੂਰਵੀ ਦਿੱਲੀ ਕੇ ਲੋਕੋ ਕੋ ਜਾਣਤਾ ਹੈ ਔਰ ਲੋਕ ਉਸਕੋ ਜਾਣਤੇ ਹੈ। ਸਭ ਤੋਂ ਪਹਿਲਾਂ ਧੰਨਵਾਦ ਹੈ ਰਾਹੁਲ ਗਾਂਧੀ ਜੀ ਕਾ, ਉਸਕੇ ਇਲਾਵਾ ਯੇ ਗੌਤਮ ਗੰਭੀਰ ਸਾਹਿਬ ਇੱਕ ਬੜਾ ਬੜਾ ਨਾਮ ਹੈ, ਲੇਕਿਨ ਕਾਮ ਉਨਕਾ ਕੁਛ ਵੀ ਨਹੀਂ ਹੈ, ਯਹਾਂ ਪਰ ਆਏਗੇ ਜਿਸ ਤਰ੍ਹਾਂ ਦੇ ਚੇਤਨ ਚੌਹਾਨ ਕੋ ਕਲੀਨ ਬੋਲਡ ਕਰਕੇ ਭੇਜਾ ਥਾ, ਇਸੀ ਤਰੀਕੇ ਸੇ ਪੂਰਵੀ ਦਿੱਲੀ ਕੀ ਜਨਤਾ ਗਾਂਧੀ ਨਗਰ ਕੀ ਜਨਤਾ ਉਨਕੋ ਕਲੀਨ ਬੋਲਡ ਕਰਕੇ ਵਾਪਸ ਭੇਜੇਗੀ, ਉਹ ਦੁਬਾਰਾ ਪੂਰਵੀ ਦਿੱਲੀ ਮੇ ਨਹੀਂ ਆਏਗੇ। ਰਹੀ ਬਾਤ ਲਵਲੀ ਜੀ ਕੀ, ਲਵਲੀ ਜੀ ਕੋ ਲੋਕ ਜਾਣਤੇ, ਲਵਲੀ ਜੀ ਲੋਕੋ ਕੋ ਜਾਣਤੇ, ਯੇ ਫਰਕ ਹੈ, ਵੋ ਕਿਸੀ ਕੋ ਨਹੀਂ ਜਾਣਤੇ, ਲੋਕ ਉਨਕੋ ਨਹੀਂ ਜਾਣਤੇ। ਸਰ ਮੁਝੇ ਬਤਾ ਕੇ ਗੌਤਮ ਗੰਭੀਰ ਕੋਈ ਨਾਮ ਕੀ ਚੀਜ਼ ਹੈ ਜੋ ਕਿ ਨਾ ਕਿ ਇੰਡੀਆ ਮੇ ਰਹਤੇ, ਕਭੀ ਆਸਟ੍ਰੇਲੀਆ ਮੇ, ਕਭੀ ਅਫਰੀਕਾ ਮੇ, ਕਭੀ ਨਿਊਜ਼
सिंधु लैंड में, कभी लंका में, कभी पता नहीं कहाँ कहाँ वो रहा करते हैं, उनको लोग ढूंढते रहेंगे। लेकिन लवली जी के परिवार को, लवली जी को लोग यहाँ का बच्चा बच्चा जानता है और लवली जी पूर्वी दिल्ली के बच्चे बच्चे को जानते हैं। हम यहाँ से भारी बहुमत से जीत गए हैं, अब तो सिर्फ मार्जिन बढ़ाना है कि हम कितने मार्जिन से लवली जी जीतेंगे और कांग्रेस कैंडिडेट और जीतेगा। क्या कहना चाहेंगे जी? देखो जो पूर्वी दिल्ली के लिए जो हमारी कांग्रेस ने प्रत्याशी दिया है, बहुत ही बढ़िया प्रत्याशी दिया है, और दिल्ली के लिए नहीं, पूरी दिल्ली के लिए ही काम करने, खाली पूर्वी दिल्ली से ही मतलब नहीं है, ये हमारा जो प्रत्याशी है पूर्वी दिल्ली के लिए अलावा पूरी दिल्ली में भी काम करेगा, और इससे ज़्यादा बढ़िया प्रत्याशी हमको मिल नहीं सकता। और जो प्रत्याशी है ये पूरी दिल्ली में अपना नाम कमाएगा और बहुत ही अच्छा काम करेगा। प्रत्याशी का नाम अरविंदर सिंह लवली जी, जो हमारे बहुत ही होनहार 20 साल से अपने इलाके को, एक एक गली को, एक एक वर्कर को अच्छी तरह पहचानते हैं। तो मैं कहता हूँ कि अगर हमारे लवली जी अगर ये आज हमारे कांग्रेस के प्रत्याशी जीतते हैं तो इससे बढ़िया बात हमारी पूर्वी दिल्ली के लिए और कोई नहीं होगी, और जीतते रहेंगे आगे और काम भी बहुत बड़े करेंगे, जो कि उन्होंने ये सबूत भी दिखाया है कि सीलिंग के लिए अजय माकन जी ने जब दिल्ली में सीलिंग के लिए जो उठाया था मुद्दा, आज वो मुद्दा हमारी सीलिंग में सबसे पहले काम में आया था अजय माकन का। और दूसरी बार जब हम अभी ये सन 2018 में सीलिंग हो रही थी, तब भी ये अरविंदर सिंह लवली का ही पहला मुद्दा था जो ने न्याय युद्ध चलाकर और ये जो हमारी पूर्वी दिल्ली में सीलिंग को बंद कराया था। अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। बोल।